ਬਜ਼ੁਰਗ ਪਹੁੰਚ ਚੁੱਕੇ ਨੇ, ਨੌਜਵਾਨ ਪਹੁੰਚ ਚੁੱਕੇ ਨੇ, ਤਾਂ ਇੱਕ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ। ਨੌਜਵਾਨ ਕੁੜੀਆਂ ਵੀ ਇੱਥੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ, ਹਾਲਾਂਕਿ ਸਾਡੇ ਨਾਲ ਇੱਕ ਕੁੜੀ ਮੌਜੂਦ ਹੈਗੇ ਨੇ, ਤਾਂ ਚੰਗੀ ਤਰ੍ਹਾਂ ਚੱਲ ਵੀ ਨਹੀਂ ਸਕਦੇ, ਪਰ ਫਿਰ ਵੀ ਇੱਥੇ ਪਹੁੰਚੇ ਹੋਏ ਨੇ, ਸ਼ੰਭੂ ਬਾਰਡਰ ਦੇ ਉੱਪਰ ਇਸ ਵੇਲੇ ਮੌਜੂਦ ਹੈਗੇ ਆ। ਤਾਂ ਰਾਤ ਦਾ ਸਮਾਂ ਹੋ ਚੁੱਕਾ ਹੈ, ਕਿਵੇਂ ਕਿਸਾਨੀ ਦਾ ਸਾਥ ਦਿੱਤਾ ਜਾ ਰਿਹਾ ਤੁਹਾਨੂੰ ਸਾਰੀ ਤਸਵੀਰ ਦਿਖਾਉਂਦੇ ਹਾਂ। ਤਾਂ ਮੈਮ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਮ? ਹਿਨਾ ਅਹਿਮਦ ਨੇ। ਅੱਛਾ, ਕਦੋਂ ਤੁਸੀਂ ਇੱਥੇ ਪਹੁੰਚੇ? ਆਪਾਂ ਸਵੇਰੇ ਇੱਥੇ 12:01 ਵਜੇ ਪਹੁੰਚ ਗਏ ਸੀਗੇ, ਔਰ ਆਪਾਂ ਇੱਥੇ ਜਦੋਂ ਪਹੁੰਚੇ ਆਉਂਦੇ ਸਾਰ ਹੀ ਇੱਥੇ ਸਾਨੂੰ ਪਹਿਲਾਂ ਹੀ ਮਤਲਬ 30 ਤੋਂ 40 ਏਦਾਂ ਦੇ ਕਿਸਾਨ ਮਿਲੇ ਜੋ ਕਿ ਬਿਲਕੁਲ ਫੱਟੜ ਹੋਏ ਪਏ ਸੀ। ਉਹਨਾਂ ਦੇ ਪੱਟ ਤੇ ਵੀ ਪੂਰਾ ਛਿੱਲਿਆ ਹੋਇਆ ਸੀ, ਪੈਰਾਂ ਤੇ ਸੱਟਾਂ ਲੱਗੀਆਂ ਸੀ, ਕਿਸੇ ਦੇ ਸਿਰ ਤੇ ਲੱਗੀ ਸੀ, ਅੱਖ ਦੇ ਵਿੱਚ ਤੱਕ ਉਹਨਾਂ ਦੇ ਇਹਦਾ ਰੈਡਨੈਸ ਇੰਨੀ ਜ਼ਿਆਦਾ ਸੀ। ਇਹ ਸਾਰੇ ਪੋਲਿਊਸ਼ਨ ਦੇ ਕਰਕੇ ਉਹਨਾਂ ਦੀ ਅੱਖਾਂ ਵੀ ਖਰਾਬ ਹੋਈਆਂ ਪਈਆਂ ਸੀ, ਔਰ ਆਪਾਂ ਆਉਂਦੇ ਹੀ ਲਗਾ ਜਿੱਦਾਂ ਹੀ ਆਪਾਂ ਐਂਟਰ ਕੀਤੇ ਆਉਂਦੇ ਹੀ 40-50 ਪੇਸ਼ੈਂਟ ਤੇ ਅਸੀਂ ਡ੍ਰੈਸਿੰਗ ਕੀਤੀ ਹੈ। ਹਾਂਜੀ, ਇਹ ਫਿਰ ਤੁਹਾਨੂੰ ਕਿਸੇ ਨੇ ਬੁਲਾਇਆ ਸੀਗਾ ਕਿ ਤੁਸੀਂ ਆਪ ਆਏ? ਨਹੀਂ, ਆਪਾਂ ਮਾਰਨਿੰਗ ਉਦਾਂ ਹੀ ਬੈਠੇ ਸੀਗੇ ਤੇ ਸੋਸ਼ਲ ਮੀਡੀਆ ਤੇ ਜਦੋਂ ਅਸੀਂ ਦੇਖਿਆ ਕਿ ਸਾਡੇ ਬਜ਼ੁਰਗਾਂ ਤੇ ਇੰਨੀਆਂ ਜ਼ਿਆਦਾ ਸੱਟਾਂ ਲੱਗ ਰਹੀਆਂ ਨੇ, ਔਰ ਯੂਥ ਵੀ ਜਿਹੜਾ ਸਾਡਾ ਉੱਥੇ ਪਹੁੰਚਿਆ ਹੋਇਆ, ਤੇ ਫਿਰ ਮੈਂ ਮਤਲਬ ਆਪਣੇ ਫਰੈਂਡ ਨਾਲ ਸਲਾਹ ਕੀਤੀ ਕਿ ਸਾਨੂੰ ਵੀ ਉੱਥੇ ਜ਼ਰੂਰ ਜਾਣਾ ਚਾਹੀਦਾ। ਐਜ਼ ਏ ਹਿਊਮੈਨਿਟੀ ਮੈਂ ਸਰਵ ਕਰਨਾ ਚਾਹੁੰਦੀ ਹਾਂ, ਸੇਵਾ ਕਰਨਾ ਚਾਹੁੰਦੀ ਬਜ਼ੁਰਗਾਂ ਦੀ, ਤਾਂ ਕਿ ਜਿਹੜੇ ਉੱਥੇ ਇਹ ਸਾਰੀਆਂ ਪ੍ਰੋਬਲਮਸ ਫੇਸ ਕਰ ਰਹੇ ਨੇ ਤੇ ਉਹ ਨਾ ਕਰਨ, ਤੇ ਆਪਾਂ ਆਪਣਾ ਸਾਰਾ ਜਿਹੜਾ ਵੀ ਸਟਾਕ ਸੀਗਾ ਮੈਡੀਕਲ ਦਾ ਆਪਾਂ ਫਸਟ ਏਡ ਰੈਡੀ ਕੀਤੀ, ਔਰ ਆਪਾਂ ਇੱਥੇ ਪਹੁੰਚੇ। ਤੁਸੀਂ ਮੈਡੀਕਲ ਲਾਈਨ ਦੇ ਨਾਲ ਹੋ? ਬਿਲਕੁਲ, ਮੈਂ GNM ਨਰਸ ਹਾਂ, ਔਰ ਮੇਰੇ ਕੋਲ ਲਾਇਸੈਂਸ ਹੈ। ਮੈਂ 2 ਈਅਰ ICU ਸਟਾਫ ਨਰਸ ਵੀ ਰਹਿ ਚੁੱਕੀ ਹਾਂ ਜਲੰਧਰ ਇਨੋਸੈਂਟ ਹਸਪੀਟਲ ਦੇ ਵਿੱਚ, ਔਰ ਉਸ ਤੋਂ ਬਾਅਦ ਮੈਂ ਬਾਕੀ ਵੀ 4 ਸਾਲ ਆਪਣੇ ਇੱਕ ਮਤਲਬ 1 ਈਅਰ ਮੇਰਾ 40 ਹਸਪੀਟਲ ਦੇ ਵਿੱਚ ਵੀ ਐਕਸਪੀਰੀਅੰਸ ਰਿਹਾ ਹੈ, ਔਰ ਮੈਂ ਹਜੇ ਵੀ ਐਜ਼ ਅ ਡਾਇਟੀਸ਼ੀਅਨ ਵੀ ਕੰਮ ਕਰ ਰਹੀ ਹਾਂ। ਅੱਛਾ, ਤੁਸੀਂ ਇਹ ਬੈਲਟ ਲਾਈ ਹੋਈ ਹੈ? ਹਾਂਜੀ, ਮੇਰਾ ਇਹ 2 ਕੁ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ, ਤਾਂ ਕਰਕੇ ਮੈਂ ਚੱਲ ਵੀ ਨਹੀਂ ਪਾ ਰਹੀ, ਮਤਲਬ ਬਹੁਤ ਜ਼ਿਆਦਾ ਪੇਨ ਰਹਿੰਦੀ ਹੈ, ਤੇ ਮੈਨੂੰ ਡਾਕਟਰ ਨੇ ਬ੍ਰੇਸ ਲਗਾਉਣ ਲਈ ਕਿਹਾ, ਤਾਂ ਮੈਂ ਫਿਰ ਬ੍ਰੇਸ ਲਗਾਇਆ ਹੋਇਆ। ਇੱਕ ਵਾਰ ਮਨ ਦੇ ਵਿੱਚ ਖਿਆਲ ਨਹੀਂ ਆਇਆ ਕਿ ਕੁੜੀਆਂ ਬਹੁਤ ਘੱਟ ਨੇ ਇੱਥੇ, ਮੁੰਡੇ ਨੇ ਜਾਂ ਬਜ਼ੁਰਗ ਨੇ ਇੱਥੇ, ਤਾਂ ਸਾਹਮਣੇ ਅਥਰੂ ਗੈਸ ਦੇ ਗੋਲੇ ਚੱਲ ਰਹੇ ਨੇ, ਤਾਂ ਕਿਵੇਂ ਉੱਥੇ ਮੈਨੇਜ ਹੋਊ? ਨਹੀਂ, ਮੇਰੇ ਮਨ ਦੇ ਵਿੱਚ ਸੇਵਾ ਸੀਗਾ ਕਿ ਮੈਂ ਸੇਵਾ ਭਾਵਨਾ ਦੇ ਨਾਲ ਆਈ ਸੀ ਕਿ ਕੋਈ ਗੱਲ ਨਹੀਂ, ਜੇ ਸਾਡੇ ਬਜ਼ੁਰਗਾਂ ਨੂੰ ਇੰਨੀਆਂ ਸੱਟਾਂ ਲੱਗ ਰਹੀਆਂ ਨੇ ਤੇ ਅਸੀਂ ਵੀ ਉਹਨਾਂ ਦੇ ਹੀ ਯੂਥ ਹਾਂ, ਤੇ ਸਾਨੂੰ ਵੀ ਆਉਣਾ ਚਾਹੀਦਾ ਅੱਗੇ ਉਹਨਾਂ ਨੂੰ ਸਪੋਰਟ ਕਰਨ ਲਈ। ਠੀਕ ਹੈ, ਅਸੀਂ ਈਵਨ ਇਹ ਵੀ ਸੋਚ ਕੇ ਆਏ ਸੀਗੇ ਕਿ ਜੇ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ ਜੋ ਇੰਨਾ ਜੁਰਮ ਕਰ ਰਹੇ ਆ ਸਾਡੇ ਬਜ਼ੁਰਗਾਂ ਤੇ, ਆਪਾਂ ਉਹਨਾਂ ਨੂੰ ਵੀ ਸਰਵ ਕਰਾਂਗੇ। ਠੀਕ ਹੈ, ਤੇ ਅਸੀਂ ਇਸੇ ਕਰਕੇ ਆਏ ਸੀ, ਔਰ ਮੈਂ ਇਹੀ ਕਹੂੰਗੀ ਯੂਥ ਨੂੰ ਵੀ, ਮੈਡੀਕਲ ਟੀਮ ਨੂੰ ਵੀ, ਜਿੰਨੇ ਜਾਣੇ ਆ ਸਕਦੇ ਨੇ ਇੱਥੇ ਆਣ। ਈਵਨ ਆਪਾਂ ਜਿਹੜਾ ਮੈਡੀਕਲ ਸਾਰਾ ਸਟਾਕ ਲੈ ਕੇ ਆਏ ਸੀ ਫਸਟ ਏਡ ਦਾ, ਉਹ ਵੀ ਸਾਡੇ ਕੋਲ ਖਤਮ ਹੋ ਗਿਆ, ਆਪਾਂ ਸੈਕਿੰਡ ਟਾਈਮ ਲੈਣ ਗਏ ਆ, ਔਰ ਆਪਾਂ ਹਜੇ ਅੱਗੇ ਵਾਸਤੇ ਵੀ, ਕੱਲ ਵਾਸਤੇ ਵੀ ਤਿਆਰੀ ਕਰ ਰਹੇ ਹਾਂ। ਕਿੰਨੇ ਕੁ ਕਿਸਾਨ ਸੀਗੇ ਪੱਟਰ, ਕੀ ਲੱਗਾ ਕੀ ਸੀਗਾ ਉਹਨਾਂ ਦੇ ਅਥਰੂ ਗੈਸ ਸੀਗੇ? ਅਸੀਂ ਅਥਰੂ ਗੈਸ ਦੇ ਨਾਲ ਤੇ ਉਹਨਾਂ ਦੀ ਅੱਖਾਂ ਤੇ ਬਹੁਤ ਜ਼ਿਆਦਾ ਪ੍ਰਭਾਵ ਸੀਗਾ। ਠੀਕ ਹੈ, ਈਵਨ ਉਹਨਾਂ ਨੂੰ ਜਿਹੜੀ ਬੰਬਾਰੀ ਕੀਤੀ ਜਾ ਰਹੀ ਹੈ ਉਹਦੇ ਨਾਲ ਉਹਨਾਂ ਦੀ ਛਾਤੀ ਤੱਕ ਫੱਟੜ ਸੀਗੀ, ਪੇਟ ਤੱਕ ਫੱਟੜ ਹੋਏ ਪਏ, ਕਿਸੇ ਦਾ ਲੱਗ, ਕਿਸੇ ਦਾ ਮੇਨ ਪਾਰਟ ਤੱਕ ਵੀ ਫੱਟੜ ਸੀ ਈਵਨ। ਤੇ ਆਪਾਂ ਇੱਥੇ ਜਦੋਂ ਦੇ ਮਾਰਨਿੰਗ ਦੇ ਆਏ ਹਾਂ, ਇਸ ਟਾਈਮ ਆਪਾਂ 100+ 200+ ਲੋਕਾਂ ਦੇ ਆਪਾਂ ਡ੍ਰੈਸਿੰਗ ਕਰ ਚੁੱਕੇ ਹਾਂ, ਔਰ ਇੰਨੇ ਐਂਟੀਬਾਇਓਟਿਕਸ ਔਰ ਪੇਨ ਕਿਲਰਸ ਆਪਾਂ ਲੋਕਾਂ ਨੂੰ ਦੇ ਚੁੱਕੇ ਹਾਂ, ਔਰ ਆਈ ਡ੍ਰੋਪਸ ਵੀ ਈਵਨ ਆਪਾਂ ਲੋਕਾਂ ਦੀ ਅੱਖਾਂ ਚ ਪਾਏ ਨੇ ਜਿਨ੍ਹਾਂ ਨੂੰ ਇਰੀਟੇਸ਼ਨ ਸੀ ਅੱਖਾਂ ਦੇ ਵਿੱਚ ਨਾ। ਫਿਰ ਤੁਸੀਂ ਡਟੇ ਰਹੋਗੇ ਜਿੰਨਾ ਤੱਕ ਇਹ ਅੰਦੋਲਨ ਚੱਲਦਾ? ਹਾਂਜੀ ਬਿਲਕੁਲ, ਡਟੇ ਰਵਾਂਗੇ ਜਿੰਨੇ ਚਿਰ ਤੱਕ ਇੱਥੇ ਇਹ ਸਭ ਕੁਝ ਚੱਲ ਰਿਹਾ। ਮੈਂ ਆਪਣੀ ਜੌਬ ਛੱਡ ਕੇ ਆਈ ਹਾਂ, ਈਵਨ ਮੈਂ ਸਪੋਰਟ ਕਰਨ ਆਈ ਹਾਂ, ਜਦੋਂ ਤੱਕ ਇਹ ਅੰਦੋਲਨ ਚੱਲੂਗਾ ਮੈਂ ਨਾਲ ਰਹੂੰਗੀ, ਔਰ ਇੱਦਾਂ ਹੀ ਸੇਵਾ ਕਰੂੰਗੀ। ਉਦਾਂ ਵੈਸੇ ਤੁਸੀਂ ਜੌਬ ਕਰਦੇ ਹੋ ਤੇ? ਹਾਂਜੀ, ਮੈਂ ਜਲੰਧਰ ਜੌਬ ਕਰਦੀ ਹਾਂ, ਔਰ ਮੈਂ ਈਵਨ ਅੱਜ ਸਵੇਰੇ ਜੌਬ ਤੇ ਨਹੀਂ ਗਈ ਸੀ ਕਿਉਂਕਿ ਮੇਰੇ ਖੁਦ ਦੇ ਬਹੁਤ ਜ਼ਿਆਦਾ ਪੇਨ ਸੀਗੀ। ਬਟ ਜਦੋਂ ਮੈਂ ਇੱਥੇ ਸੋਸ਼ਲ ਮੀਡੀਆ ਤੇ ਇੰਨਾ ਕੁਛ ਦੇਖਿਆ, ਜਦਕਿ ਸਾਡੇ ਬਜ਼ੁਰਗਾਂ ਨੂੰ ਜੇ ਇੰਨੀ ਸੱਟ ਲੱਗੀ ਆ ਉਹ ਤਾਂ ਵੀ ਤੱਟ ਤੇ ਖੜੇ ਆ ਬਿਲਕੁਲ, ਹਨਾ, ਹਿੰਮਤ ਕਰਕੇ, ਤੇ ਫਿਰ ਮੈਂ, ਮੇਰੇ ਚ ਵੀ ਉਹ ਹਿੰਮਤ ਆਈ ਤੇ ਮੈਂ ਇੱਥੇ ਪਹੁੰਚੀ। ਬਜ਼ੁਰਗ ਦਿੰਦੇ ਨੇ ਹੌਸਲਾ ਦੇ ਕੇ ਕਿ ਇੱਕ ਪਟਿਆਰ ਡਟੇ ਹੋਏ ਬਹੁਤ ਬਹੁਤ ਪਿਆਰ ਦਿੱਤਾ ਬਜ਼ੁਰਗਾਂ ਨੇ, ਆਸ਼ੀਰਵਾਦ ਵੀ ਦਿੱਤਾ, ਉਹ ਹੌਸਲਾ ਵੀ ਦੇ ਰਹੇ ਨੇ ਔਰ ਸਾਡੇ ਨਾਲ ਨੇ ਬਿਲਕੁਲ, ਔਰ ਆਪਾਂ ਉਹਨਾਂ ਲਈ ਸੇਵਾ ਵੀ ਕਰਾਂਗੇ।
ਵੈਸੇ ਬੜੇ ਸਾਰੇ ਨੇ ਕਿਸਾਨ ਜਿਨ੍ਹਾਂ ਦੇ ਅੱਜ ਅਥਰੂ ਗੈਸ ਦੇ ਨਾਲ ਉਹਨਾਂ ਸਾਹਮਣਾ ਕੀਤਾ, ਤਾਂ ਬੜੇ ਇਹਨੂੰ ਅਲਰਜੀ ਵੀ ਹੋ ਸਕਦੀ ਹੈ, ਵੈਸੇ ਥੋੜਾ ਜਿਹਾ ਇੱਕ ਵਾਰ ਦੱਸ ਦਿਓ ਕੀ ਕਰਨਾ ਚਾਹੀਦਾ। ਹਾਂਜੀ, ਜਿੱਦਾਂ ਕਿ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਧੂੰਏ ਦੇ ਨਾਲ ਐਲਰਜੀ ਹੋ ਰਹੀ ਹੈ, ਇਰੀਟੇਸ਼ਨ ਹੋ ਰਹੀ, ਉਹਨਾਂ ਨੂੰ ਮੈਂ ਕਹੂੰਗੀ ਕਿ ਜ਼ਿਆਦਾ ਤੋਂ ਜ਼ਿਆਦਾ ਅੱਖਾਂ ਦੇ ਵਿੱਚ ਪਾਣੀ ਮਾਰਨ, ਠੀਕ ਹੈ, ਔਰ ਜਿਨ੍ਹਾਂ ਨੂੰ ਧੂੰਏ ਦੇ ਨਾਲ ਸਾਹ ਦੀ ਪ੍ਰੋਬਲਮ ਆ ਰਹੀ ਉਹ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ, ਠੀਕ ਹੈ, ਔਰ ਜਿਨ੍ਹਾਂ ਨੂੰ ਐਲਰਜੀਜ਼ ਹੋ ਰਹੀਆਂ ਨੇ, ਜਿੱਦਾਂ ਮਤਲਬ ਧੂੰਏ ਦੇ ਨਾਲ ਇਰੀਟੇਸ਼ਨ ਹੋ ਰਹੀ ਹੈ ਫੇਸ ਤੇ, ਸਕਿਨ ਤੇ ਐਲਰਜੀ ਹੋ ਰਹੀ ਹੈ, ਉਹ ਫਿਲਹਾਲ ਲਈ ਸਿਟਰਾਜ਼ਿਨ ਖਾ ਸਕਦੇ ਨੇ। ਸਾਹਮਣੇ ਦੇਖ ਰਹੇ ਹੋ ਅਥਰੂ ਗੈਸ ਦੇ ਗੋਲੇ ਚੱਲਦੇ ਨੇ, ਡਰ ਤਾਂ ਨਹੀਂ ਲੱਗਦਾ? ਨਹੀਂ ਨਹੀਂ, ਇਹ ਪੂਰੀ ਹਿੰਮਤ ਦੇ ਨਾਲ ਆਇਆ, ਜਦ ਸਾਡੇ ਬਜ਼ੁਰਗਾਂ ਨੂੰ ਡਰ ਨਹੀਂ ਲੱਗ ਰਿਹਾ, ਯੂਥ ਨੂੰ ਡਰ ਨਹੀਂ ਲੱਗ ਰਿਹਾ, ਤੇ ਫਿਰ ਸਾਨੂੰ ਵੀ ਡਰ ਨਹੀਂ ਲੱਗ ਰਿਹਾ। ਚੰਗੀ ਗੱਲ ਆ, ਤਾਂ ਇਹ ਚੰਗੀ ਮਿਸਾਲ ਹੈਗੀ ਆ ਇੱਕ ਹੌਸਲੇ ਵਾਲੀ ਜਿਹੜੀ ਹੈ ਗੱਲ ਹੈ ਕਿ ਜਿੱਥੇ ਮੁਟਿਆਰਾਂ ਇੱਥੇ ਡਟੀਆਂ ਹੋਈਆਂ ਨੇ ਉੱਥੇ ਨੌਜਵਾਨ ਵੀ ਪਹੁੰਚੇ ਹੋਏ ਨੇ, ਤਾਂ ਵੱਧ ਚੜ ਕੇ ਨੌਜਵਾਨਾਂ ਨੂੰ ਸਾਥ ਜਿਹੜਾ ਕਿਸਾਨੀ ਦਾ ਦੇਣਾ ਚਾਹੀਦਾ, ਤਾਂ ਸ਼ੰਭੂ ਬਾਰਡਰ ਤੇ ਇਸ ਵੇਲੇ ਇਹ ਡਟੇ ਹੋਏ।